ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਮੇਰੇ ਨਾਲ ਹੋ, ਮੇਰਾ ਨਾਮ ਹੈ ਰੋਹਿਤ ਗੋਇਲ। ਇਸ ਵੇਲੇ ਸਾਡੇ ਨਾਲ ਹੈ ਗੁਰਦੁਆਰਾ ਸ਼੍ਰੀ ਸਿੰਘ ਸਭਾ ਕਰੋਲਬਾਗ ਕਮੇਟੀ ਕੇ ਚੇਅਰਮੈਨ ਜੁਝਾਰ ਸਿੰਘ ਜੀ। ਇਹਨਾਂ ਦੇ ਨਾਲ ਗੱਲ ਕਰਾਂਗੇ ਅਤੇ ਇਸ ਗੁਰਦੁਆਰੇ ਦੇ ਇਤਿਹਾਸ ਦੇ ਬਾਰੇ ਵੀ ਜਾਣਾਂਗੇ। ਜੁਝਾਰ ਸਿੰਘ ਜੀ, ਸਾਨੂੰ ਇਸ ਗੁਰਦੁਆਰੇ ਦੇ ਇਤਿਹਾਸ ਦੇ ਬਾਰੇ ਦੱਸੋ, ਕਿਸ ਤਰ੍ਹਾਂ ਸੇ ਗੁਰਦੁਆਰੇ ਦੀ ਸ਼ੁਰੂਆਤ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇੱਕ ਬਹੁਤ ਹੀ ਅੱਛਾ ਉਪਰਾਲਾ ਸ਼ੁਰੂ ਕੀਤਾ ਹੈ, ਜੋ ਕਿ ਦਿੱਲੀ ਦੇ ਵੱਖ ਵੱਖ ਗੁਰਦੁਆਰਿਆਂ ਤੋਂ ਉੱਥੋਂ ਦੇ ਇਤਿਹਾਸ ਨੂੰ ਲੈ ਕੇ ਜਾਗਰੂਕ ਸੰਗਤਾਂ ਨੂੰ ਕਰਵਾ ਰਹੇ ਨੇ। ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗੀ, ਜਿਹੜਾ ਸਾਡਾ ਕਰੋਲਬਾਗ ਸਾਹਿਬ ਦਾ ਗੁਰਦੁਆਰਾ ਹੈਗਾ, ਇਹ ਲਗਭਗ 45 ਸਾਲ ਦਾ ਇਤਿਹਾਸ ਹੈਗਾ ਇਹਦਾ। ਇਹਦੀ ਨੀਂਹ ਪੱਥਰ ਉਦੋਂ ਦੇ ਮੌਜੂਦਾ ਪ੍ਰਧਾਨ ਸਰਦਾਰ ਜਸਵੰਤ ਸਿੰਘ ਜੀ ਸੇਠੀ ਸਾਹਿਬ ਨੇ ਰੱਖੀ ਸੀਗੀ, ਸੰਨ 1979 ਦੀ ਗੱਲ ਹੈਗੀ ਹੈ। ਉਹਦੇ ਬਾਅਦ ਤੋਂ ਕਰੋਲਬਾਗ ਗੁਰਦੁਆਰੇ ਦੀਆਂ ਸੰਗਤਾਂ ਨੇ ਇੱਥੇ ਵੱਧ ਚੜ੍ਹ ਕੇ ਸੇਵਾ 'ਚ ਆਪਣੇ ਯੋਗਦਾਨ ਪਾ ਕੇ ਅਤੇ ਇਸ ਗੁਰਦੁਆਰੇ ਦੀ ਇਮਾਰਤ ਨੂੰ ਇੱਥੇ ਬੁਲੰਦੀਆਂ ਤੱਕ ਪਹੁੰਚਾਇਆ। ਨਾਲ ਹੀ ਗੁਰਦੁਆਰੇ ਦੀ ਇਮਾਰਤ ਦੇ ਨਾਲ ਦੀ ਜਗ੍ਹਾ ਵੀ ਲਈ, ਹੋਰ ਉੱਥੇ ਸਕੂਲ ਵੀ ਖੋਲ੍ਹਿਆ ਗਿਆ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਜੋ ਕਿ ਗੁਰਦੁਆਰੇ ਦੀ ਇਮਾਰਤ ਦੇ ਨਾਲ ਹੀ ਚੱਲਦਾ, ਜਿੱਥੇ ਕਿ ਬੱਚਿਆਂ ਨੂੰ ਸੈਕੰਡਰੀ ਸਕੂਲ ਦੀ ਐਜੂਕੇਸ਼ਨ ਵੀ ਦਿੱਤੀ ਜਾਂਦੀ ਹੈ। ਇਹਦੇ ਨਾਲ ਗੁਰੂ ਘਰ ਦੇ ਨਾਲ ਜੁੜੇ ਹੋਏ ਸਾਰੇ ਗੁਰੂ ਪੁਰਬ ਅਸੀਂ ਇੱਥੇ ਬਹੁਤ ਵੱਧ ਚੜ੍ਹ ਕੇ ਸੰਗਤਾਂ ਦੇ ਸਹਿਯੋਗ ਨਾਲ ਮਨਾਉਂਦੇ ਹਾਂ। ਭਾਅ ਜੀ, ਮੈਂ ਇਹ ਵੀ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ, ਤੁਸੀਂ ਦੱਸਿਆ ਇੱਥੇ ਸਕੂਲ ਵੀ ਹੈਗਾ, ਸਕੂਲ ਦੇ ਵਿੱਚ ਤੁਸੀਂ ਸਿੱਖ ਸਟੂਡੈਂਟਸ ਨੂੰ ਚੈਰੀਟੇਬਲ ਫੀ ਦੇ ਨਾਲ ਚੈਰੀਟੇਬਲ ਫੀਸ ਕਰਦੇ ਹੋ, ਅਤੇ ਕੋਈ ਰਿਬੇਟ ਹੈਗੀ ਫੀਸ 'ਤੇ ਜੋ ਸਪੈਸ਼ਲੀ ਜਿਹੜੇ ਸਿੱਖ ਸਟੂਡੈਂਟਸ ਨੇ? ਦੇਖੋ, ਸਕੂਲ ਦੇ ਕਈ ਅਦਾਰੇ ਹੁੰਦੇ ਨੇ, ਉਹਨਾਂ ਅਦਾਰਿਆਂ ਵਿੱਚੋਂ ਇੱਕ ਅਦਾਰਾ ਵੀ ਹੈਗਾ ਕਿ ਇਹ ਮਾਈਨੋਰਿਟੀ ਸਕੂਲ ਹੈ। ਮਾਈਨੋਰਿਟੀ ਸਕੂਲਸ ਨੂੰ ਵੈਸੇ ਸਰਕਾਰਾਂ ਵੱਲੋਂ ਸਕੀਮ ਮਿਲਦੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਫੀਸ ਦੇ ਵਿੱਚ ਕੰਸੈਸ਼ਨ ਔਰ ਰਿਬੇਟਸ ਵਗੈਰਾ ਮਿਲਦੀਆਂ ਨੇ। ਅਸੀਂ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਹਿਤ ਇਹ ਸਕੀਮਾਂ ਨੂੰ ਇਸ ਸਕੂਲ ਦੇ ਵਿੱਚ ਚਲਾਉਂਦੇ ਹਾਂ, ਕਿਉਂਕਿ GHPS ਇੱਕ ਰੈਕਗਨਾਈਜ਼ਡ ਅਥੋਰਿਟੀ ਹੈ, ਜੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇਹਨਾਂ ਸਕੂਲਾਂ ਦੀ ਦੇਖ ਰੇਖ ਕਰਦੀ ਹੈ। ਅਤੇ ਨਾਲ ਹੀ ਜਿਹੜਾ ਕਰੋਲਬਾਗ ਦਾ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਕਰੋਲਬਾਗ ਹੈਗਾ, ਇਹ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਅਧੀਨ ਆਉਂਦਾ। ਅਤੇ ਅਸੀਂ ਕੋਸ਼ਿਸ਼ ਕਰ ਰਹੇ ਕਿ ਜਿਹੜੇ ਵੀ ਸਿੱਖ ਪਰਿਵਾਰਾਂ ਦੇ ਨਹੀਂ, ਹੋਰ ਵੀ ਦੂਜੇ ਨੌਨ ਗੈਰ ਸਿੱਖ ਪਰਿਵਾਰਾਂ ਦੇ ਬੱਚੇ ਵੀ ਅਗਰ ਸਾਨੂੰ ਅਪਰੋਚ ਕਰਦੇ ਆ, ਜਿਹੜੇ ਪੜ੍ਹਨ ਦੇ ਇੱਛੁਕ ਹੋਣ, ਜਿਹੜੇ ਕਿ ਸਾਨੂੰ ਲੱਗਦਾ ਕਿ ਹਾਂ ਇਹ ਬੱਚੇ ਕੇਪੇਬਲ ਨੇ, ਅਸੀਂ ਉਹਨਾਂ ਦਾ ਫੀਸ ਪਾਸੋਂ ਹੋਰ ਦੂਜੇ ਪਾਸਿਓਂ ਵੀ ਉਹਨਾਂ ਦਾ ਪੂਰਾ ਯੋਗਦਾਨ, ਪੂਰਾ ਉਹਨਾਂ ਨੂੰ ਸਹਿਯੋਗ ਕਰਦੇ ਹਾਂ ਤਾਂ ਕਿ ਬੱਚਾ ਪੜ੍ਹ ਲਿਖ ਕੇ ਅੱਗੇ ਵਧੇ। ਉਹਦਾ ਇੱਕ ਕਾਰਨ ਇਹ ਹੈਗਾ ਕਿ ਅਗਰ ਸਿੱਖੀ ਨੂੰ ਅਸੀਂ ਜਾਗਰੂਕ ਕਰਨਾ ਤਾਂ ਸਭ ਤੋਂ ਪਹਿਲੇ ਅਸੀਂ ਆਪਣਾ ਇਤਿਹਾਸ ਜਦ ਤੱਕ ਬੱਚੇ ਨੂੰ ਨਹੀਂ ਪੜ੍ਹਾਵਾਂਗੇ ਤਾਂ ਤੱਕ ਅਸੀਂ ਆਪਣੀ ਸਿੱਖੀ ਬਾਰੇ ਬੱਚਿਆਂ ਨੂੰ ਜਾਗਰੂਕ ਨਹੀਂ ਕਰ ਸਕਦੇ। ਹੋਰ ਐਜੂਕੇਸ਼ਨ ਹੀ ਇੱਕ ਐਸਾ ਮਾਧਿਅਮ ਹੈ, ਅਸੀਂ ਆਪਣੀ ਸੋਚ ਦੇ ਦਾਇਰੇ ਨੂੰ ਐਜੂਕੇਸ਼ਨ ਦੇ ਮਾਧਿਅਮ ਨਾਲ ਹੀ ਵਧਾ ਸਕਦੇ ਹਾਂ, ਔਰ ਆਪਣੀ ਜੋ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਉਹ ਅੱਗੇ ਲੋਕਾਂ ਤੱਕ ਅਸੀਂ ਸਿਰਫ ਔਰ ਸਿਰਫ ਪੜ੍ਹਾਈ ਦੇ ਮਾਧਿਅਮ ਤੋਂ ਹੀ ਪਹੁੰਚਾ ਸਕਦੇ ਹਾਂ। ਇਸ ਕਰਕੇ ਅਸੀਂ ਵੱਖ ਵੱਖ ਸਕੀਮਾਂ ਆਪਣੇ ਸਕੂਲ ਦੇ ਤਹਿਤ ਚਲਾਉਂਦੇ ਹਾਂ ਇੱਥੋਂ ਦੀ। ਹੋਰ ਮੈਂ ਇਸ ਟਾਈਮ 'ਤੇ ਸਾਡੇ ਕੀ ਕਹਿੰਦੇ ਨੇ ਐਡਮਿਸ਼ਨਸ ਵੀ ਓਪਨ ਨੇ, ਅਤੇ ਅਸੀਂ ਬੱਚਿਆਂ ਨੂੰ ਬਹੁਤ ਉਤਸ਼ਾਹਿਤ ਕਰਦੇ ਪਏ ਹੈ ਕਿ ਆ ਕੇ ਤੁਸੀਂ ਆਪਣਾ ਇੱਥੇ ਸਾਡੇ ਸਕੂਲਾਂ ਵਿੱਚ ਐਡਮਿਸ਼ਨ ਲਓ, ਤਾਂ ਕਿ ਅਸੀਂ ਤੁਹਾਨੂੰ ਪੂਰੀ ਪੂਰੀ ਸਪੋਰਟ ਕਰੀਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਸਾਡੇ ਵੱਲੋਂ ਸਹਿਯੋਗ ਬਣਦਾ, ਉਹ ਵੀ ਅਸੀਂ ਪੂਰਾ ਉਹਨਾਂ ਨਾਲ ਕਰਾਂਗੇ। ਕਰੋਲਬਾਗ ਦੇ ਜਿਹੜੇ ਵੀ ਸਭ ਤੋਂ ਵੱਡੇ ਇਤਿਹਾਸਿਕ ਗੁਰਦੁਆਰੇ ਆ, ਉਹਨੂੰ ਆਪਾਂ ਉਹ ਤਾਂ ਇਤਿਹਾਸ ਜਾਣੀਏ ਅਤੇ ਲੋਕਾਂ ਨੂੰ ਸਮਝਾਈਏ ਅਤੇ ਸਿੱਖੀ ਨੂੰ ਪ੍ਰਮੋਟ ਕਰੀਏ, ਅਤੇ ਇਹ ਗੁਰਦੁਆਰੇ ਦੇ ਵਿੱਚ ਲੰਗਰ ਦਾ ਪ੍ਰਬੰਧ ਵੀ ਹੁੰਦਾ, ਇੱਥੇ ਵੱਡੀ ਮਾਰਕੀਟ ਹੈਗੀ, ਮਾਈਨੋਰਟੀ ਟੈਂਕ ਰੋਡ ਪੂਰਾ ਏਰੀਆ ਲੱਗਦਾ, ਤੁਸੀਂ ਲੰਗਰ ਦੀ ਵਿਵਸਥਾ ਵੀ ਕਰਦੇ ਹੋ ਆਸੇ ਪਾਸੇ ਲੋਕਾਂ ਦੇ ਲਈ? ਮੈਂ ਇਸ ਗੁਰਦੁਆਰੇ ਦੇ ਨਾਲ ਸਾਡੀ ਪਿਛਲੇ 30 ਸਾਲਾਂ ਤੋਂ ਸਾਂਝ ਰਹੀ ਹੈ, 30 ਸਾਲਾਂ ਤੋਂ ਜਿੱਥੇ ਤੱਕ, ਕਿਉਂਕਿ ਜਦੋਂ ਤੋਂ ਹੋਸ਼ ਬੱਚਾ ਸੰਭਾਲਦਾ ਨਾ, ਉਹਦੇ ਬਾਅਦ ਉਹਦੀ ਅਰਦਾਸ ਕੰਮ ਕਰਨਾ ਸ਼ੁਰੂ ਕਰਦੀ ਹੈ। ਪਿਛਲੇ 30 ਸਾਲਾਂ ਦਾ ਸਾਡਾ ਇਤਿਹਾਸ ਹੋਇਆ ਇਸ ਗੁਰਦੁਆਰੇ ਨਾਲ, ਅਸੀਂ ਜੁੜੇ ਹਾਂ ਪਰਿਵਾਰਕ ਤੌਰ 'ਤੇ। ਇਸ ਇਲਾਕੇ ਦੀਆਂ ਸੰਗਤਾਂ ਨੇ ਇਸ ਗੁਰਦੁਆਰੇ ਨੂੰ ਬਹੁਤ ਤਨੋ ਮਨੋ ਧਨੋ ਸਾਂਭ ਕੇ ਰੱਖਿਆ। ਹਰ ਸ਼ੁੱਕਰਵਾਰ ਦੇ ਸ਼ੁੱਕਰਵਾਰ ਇੱਥੇ ਸ਼ਾਮ ਦੇ ਵੇਲੇ ਗੁਰਦੁਆਰੇ ਦੀ ਧੁਲਾਈ ਸਫਾਈ ਦਾ ਪ੍ਰੋਗਰਾਮ ਹੁੰਦਾ, ਉਹਦੇ ਉਪਰੰਤ ਗੁਰੂ ਕਾ ਲੰਗਰ ਵੀ ਹੁੰਦਾ, ਜਿਹਦੇ ਵਿੱਚ ਇਲਾਕੇ ਦੀ ਪੂਰੀ ਸਾਧ ਸੰਗਤ ਸ਼ਮੂਲੀਅਤ ਕਰਦੀ ਹੈ। ਅਤੇ ਅਸੀਂ ਉਹਦੇ ਵਿੱਚ ਇਹ ਕੋਸ਼ਿਸ਼ ਵੀ ਕਰਦੇ ਹਾਂ ਕਿ ਅਸੀਂ ਲੋਕਾਂ ਨੂੰ ਹੋਰ ਜਾਗਰੂਕ ਕਰੀਏ, ਕਿਉਂਕਿ ਨੇੜੇ ਤੇੜੇ ਸਾਰਾ ਜਿਹੜਾ ਕਰੋਲਬਾਗ ਦਾ ਏਰੀਆ ਨਾ, ਸਾਰਾ ਕਮਰਸ਼ੀਅਲ ਏਰੀਆ ਹੈਗਾ।
ਇੱਥੇ ਹੁਣ ਰਿਹਾਇਸ਼ ਘੱਟ ਗਈ ਹੈ ਅਤੇ ਸਾਰੇ ਕਮਰਸ਼ੀਅਲ ਐਕਟੀਵਿਟੀਜ਼ ਹੋਣ ਕਰਕੇ ਲੋਕ ਇੱਥੋਂ ਜਾ ਚੁੱਕੇ ਨੇ। ਅਸੀਂ ਕੋਸ਼ਿਸ਼ ਕਰ ਰਹੇ ਕਿ ਹੋਰ ਦੂਰੋਂ ਵੀ ਸੰਗਤਾਂ ਇੱਥੇ ਨਾਲ ਸਾਡੇ ਜੁੜਨ, ਸੇਵਾ ਵਿੱਚ ਯੋਗਦਾਨ ਪਾਉਣ। ਪਿਛਲੇ ਸਾਲ ਦੀ ਗੱਲ ਮੈਂ ਤੁਹਾਨੂੰ ਦੱਸਦਾ, ਸਨ 2020 ਦੀ ਗੱਲ ਹੈ, ਅਸੀਂ ਇਸ ਗੁਰਦੁਆਰੇ ਕਾਰ ਸੇਵਾ ਸ਼ੁਰੂ ਕੀਤੀ ਅਤੇ ਸ਼ੁਰੂਆਤ ਇਸ ਵੱਲੋਂ ਕੀਤੀ ਕਿ ਅਸੀਂ ਸਿਰਫ ਗੁਰਦੁਆਰੇ ਦੀ ਸਫੇਦੀ ਕਰਾਵਾਂਗੇ, ਵਾਈਟ ਵਾਸ਼ਰ ਨੂੰ ਕਰਾ ਕੇ ਅਤੇ ਛੱਡ ਦਾਂਗੇ। ਲੇਕਿਨ ਸੰਗਤਾਂ ਦਾ ਇੰਨਾ ਪਿਆਰ, ਗੁਰੂ ਮਹਾਰਾਜ ਦਾ ਇੰਨਾ ਆਸ਼ੀਰਵਾਦ ਸਾਨੂੰ ਇੱਥੇ ਮਿਲਿਆ, ਪੂਰੇ ਤੁਸੀਂ ਗੁਰਦੁਆਰੇ ਦੇ ਮਹਾਰ ਦੇਖੋ, ਬਾਹਰੋਂ ਦੇ ਪੂਰਾ ਮੱਥਾ ਅਸੀਂ ਪੂਰਾ ਰੈਨੋਵੇਟ ਕੀਤਾ, ਪੂਰੇ ਗੁਰਦੁਆਰੇ ਨੂੰ ਅੰਦਰੋਂ ਰੈਨੋਵੇਟ ਕੀਤਾ ਸਾਰਾ। ਹੁਣ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੱਥੇ ਸ਼੍ਰੀ ਅਖੰਡ ਪਾਠ ਸਾਹਿਬ ਵਾਸਤੇ ਅਲੱਗ ਤੋਂ ਕਮਰਾ ਵੀ ਬਣਾਉਣ ਲੱਗੇ ਹਾਂ, ਨਾਲ ਦੇ ਨਾਲ ਹੋਰ ਵੀ ਜਿਹੜੇ ਕੰਮ ਇੱਥੇ ਹੋਣ ਵਾਲੇ ਨੇ ਉਹ ਵੀ ਅਸੀਂ ਕਰਾਂਗੇ। ਸੰਗਤਾਂ ਦੇ ਨਾਲ ਜੁੜ ਕੇ ਅਸੀਂ ਇੱਥੇ ਗੁਰਪੁਰਬਾਂ ਨੂੰ ਮਨਾਉਣ ਦੇ ਵੀ ਉਪਰਾਲੇ ਹੁਣ ਸ਼ੁਰੂ ਕੀਤੇ ਨੇ, ਸੰਗਤੀ ਤੌਰ ਦੇ ਉੱਤੇ ਅਸੀਂ ਇੱਥੇ ਉਪਰਾਲੇ ਸਾਰੇ ਕਰਦੇ ਹਾਂ। ਐਸਾ ਨਹੀਂ ਕਿਹਾ ਕਿ ਅਸੀਂ ਵੱਡੇ ਰਾਗਿਆਂ ਨੂੰ ਬੁਲਾ ਕੇ ਕੀਰਤਨ ਕਰੀਏ, ਸੰਗਤੀ ਤੌਰ 'ਤੇ ਅਸੀਂ ਕੀਰਤਨ ਦਰਬਾਰ ਇੱਥੇ ਔਰਗਨਾਈਜ਼ ਕਰਦੇ ਹਾਂ, ਸੰਗਤ ਆਉਂਦੀ ਹੈ, ਆਪ ਸੰਗਤ ਨੂੰ ਅਸੀਂ ਕਹਿੰਦੇ ਕਿ ਤੁਸੀਂ ਆਪ ਕੀਰਤਨ ਕਰੋ, ਉਹਦੇ ਨਾਲ ਸੰਗਤ ਸਾਡੇ ਨਾਲ ਬਹੁਤ ਜੁੜਨਾ ਸ਼ੁਰੂ ਹੋ ਗਈ ਹੈ। ਔਰ ਕੋਸ਼ਿਸ਼ ਸਾਡੀ ਇਹੀ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਥੇ ਸੰਗਤ ਨੂੰ ਹੋਰ ਵੱਧ ਤੋਂ ਵੱਧ ਜੋੜੀਏ। ਭਾਈ, ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਸ ਗੁਰਦੁਆਰੇ ਡਿਵੈਲਪਮੈਂਟ ਵਾਸਤੇ ਹੋਰ ਕੀ ਕਦਮ ਚੁੱਕ ਰਹੇ ਹੋ? ਦੇਖੋ, ਸਭ ਤੋਂ ਪਹਿਲੇ ਤਾਂ ਅਸੀਂ ਇੱਥੇ ਇੱਕ ਡਿਸਪੈਂਸਰੀ ਖੋਲ੍ਹਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਅਸੀਂ ਕਈ ਸੰਗਤਾਂ ਨੂੰ, ਡਾਕਟਰਸ ਨੂੰ ਵੀ ਅਪਰੋਚ ਕੀਤਾ ਹੈ ਕਿ ਤੁਸੀਂ ਇੱਥੇ ਆ ਕੇ ਸਾਡੀ ਜਗ੍ਹਾ ਦੇਖੋ, ਸਾਡੇ ਕੋਲ ਇੱਥੇ ਬਹੁਤ ਖੁੱਲ੍ਹੀ ਜਗ੍ਹਾ ਹੈਗੀ ਹੈ, ਇੱਥੇ ਕੋਸ਼ਿਸ਼ ਕਰਕੇ ਅਸੀਂ ਇੱਥੇ ਡਿਸਪੈਂਸਰੀ ਚਲਾਵਾਂਗੇ, ਚੈਰੀਟੇਬਲ ਡਿਸਪੈਂਸਰੀ ਖੋਲ੍ਹਾਂਗੇ, ਉਹਦੇ ਨਾਲ ਹੀ ਇੱਕ ਦਵਾਖਾਨਾ ਖੋਲ੍ਹਾਂਗੇ ਜਿੱਥੋਂ ਕਿ ਸੰਗਤਾਂ ਨੂੰ ਕੰਸੈਸ਼ਨਲ ਰੇਟਸ ਉੱਤੇ, ਜਿੱਦਾਂ ਕਿ ਗੁਰੂ ਹਰਕ੍ਰਿਸ਼ਨ ਦਵਾਖਾਨਾ ਬੰਗਲਾ ਸਾਹਿਬ ਖੁੱਲ੍ਹਿਆ, ਉਹੋ ਜਿਹੀ ਇੱਕ ਚੈਰੀਟੇਬਲ ਡਿਸਪੈਂਸਰੀ ਔਰ ਦਵਾਖਾਨਾ ਅਸੀਂ ਇੱਥੇ ਖੋਲ੍ਹਾਂਗੇ। ਦੂਸਰੀ ਚੀਜ਼, ਅਸੀਂ ਇੱਥੇ ਇੱਕ ਲਾਇਬ੍ਰੇਰੀ ਖੋਲ੍ਹਣ ਦਾ ਸੋਚ ਰਹੇ ਹਾਂ ਤਾਂ ਕਿ ਸਿੱਖਾਂ ਨੂੰ ਆਪਣੇ ਇਤਿਹਾਸ ਨੂੰ ਦੱਸਿਆ ਜਾਏ, ਕਿਉਂਕਿ ਪਹਿਲੇ ਇੱਥੇ ਲਾਇਬ੍ਰੇਰੀ ਹੈਗੀ ਸੀਗੀ ਇਸ ਗੁਰਦੁਆਰੇ ਦੇ ਅੰਦਰ, ਕਿਸੇ ਕਾਰਨ ਤੋਂ ਹੋ ਸਕਦਾ ਉਹ ਰੁਕ ਗਈ ਹੋਈ ਜਾਂ ਬੰਦ ਹੋ ਗਈ ਹੋਏ, ਲੇਕਿਨ ਅਸੀਂ ਉਸ ਲਾਇਬ੍ਰੇਰੀ ਨੂੰ ਵੀ ਦੁਬਾਰਾ ਸ਼ੁਰੂ ਕਰਾਂਗੇ। ਇਹਦੇ ਨਾਲ ਦੇ ਨਾਲ ਸਾਡੇ ਗੁਰਦੁਆਰੇ ਨਾਲ ਲੱਗਦੀ ਇੱਕ ਬਿਲਡਿੰਗ ਹੈਗੀ ਆ, ਉਹ ਨਵੀਂ ਬਣਦੀ ਪਈ ਹੈ, ਜਿੱਥੇ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ IAS IPS ਔਰ UPSC ਦੇ ਬੱਚਿਆਂ ਨੂੰ ਵੀ ਉੱਥੇ ਉਹਨਾਂ ਦੀ ਐਜੂਕੇਸ਼ਨ ਦਾ ਵੀ ਪੂਰੇ ਦਾ ਪੂਰਾ ਪ੍ਰੋਗਰਾਮ ਅਸੀਂ ਸ਼ੁਰੂ ਕਰਾਂਗੇ। ਉਹ ਸ਼ੁਰੂਆਤ ਕਰਨ ਵਾਸਤੇ ਸਾਡੀ ਕਈ ਸੰਸਥਾਨਾਂ ਦੇ ਨਾਲ ਗੱਲਬਾਤ ਚੱਲ ਰਹੀ ਪਈ ਹੈ, ਔਰ ਗੁਰੂ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਮਿਹਰ ਭਰੇ ਹੱਥ ਰੱਖਣ, ਅਸੀਂ ਇਸ ਕੰਮ ਦੇ ਵਿੱਚ ਕਾਮਯਾਬ ਵੀ ਜ਼ਰੂਰ ਹੋਵਾਂਗੇ। ਜਥੇਦਾਰ TV ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਜਥੇਦਾਰ TV ਦੇ ਇਨੀਸ਼ੀਏਟਿਵ ਨੂੰ, ਸਿੱਖੀ ਨੂੰ ਪ੍ਰਮੋਟ ਕਰਨ ਲਈ ਕੀ ਕਹਿਣਾ ਚਾਹੋਗੇ? ਜਥੇਦਾਰ TV ਵਾਲਿਆਂ ਦਾ ਪਹਿਲੇ ਹੀ ਬਹੁਤ ਯੋਗਦਾਨ ਰਿਹਾ ਸਿੱਖੀ ਅਦਾਰੇ ਨੂੰ ਅੱਗੇ ਲੈ ਕੇ ਜਾਣ ਵਾਸਤੇ, ਅਤੇ ਮੈਂ ਉਹਨਾਂ ਦਾ ਤਨੋਂ ਮਨੋਂ ਬਹੁਤ ਸ਼ੁਕਰਗੁਜ਼ਾਰ ਹੈ। ਵੱਖ ਵੱਖ ਥਾਵਾਂ ਦੇ ਗੁਰਦੁਆਰਿਆਂ ਦਾ ਪ੍ਰਚਾਰ ਸਿੱਖੀ ਧਰਮ ਵਿੱਚ ਕਰਦੇ ਪਏ ਨੇ। ਬਹੁਤ ਬਹੁਤ ਧੰਨਵਾਦ।